ਸਭ ਤੋਂ ਵੱਡਾ ਇਹਦਾ ਬੈਨੀਫਿਟ ਇਹ ਹੈਗਾ ਹੈ ਕਿ ਇਹਦਾ ਰੇਟ 50 ਤੋਂ 60 ਹਜ਼ਾਰ ਫੀ ਮਣ ਦਾ ਰੇਟ ਚੱਲਦਾ। ਖਾਦ ਇੱਕ ਬੋਰੀ DAP ਪਾਣੀ ਹੈ ਤੁਸੀਂ, ਠੀਕ ਹੈ, ਜਦੋਂ ਉਹ 2 ਇੰਚ ਰਹਿ ਜਾਵੇ ਪਾਣੀ, ਉਹ ਤੁਸੀਂ ਛੱਟਾ ਕਰਨਾ ਹੁੰਦੇ 5 ਕਿਲੋ ਬੀਜ ਦਾ ਛੱਟਾ ਕਰਨਾ, 2 ਇੰਚ ਪਾਣੀ ਖੜਾ ਹੋਵੇ ਤੁਸੀਂ ਛੱਟਾ ਕਰਨਾ, ਹਵਾ ਨਾ ਚੱਲਦੀ ਹੋਵੇ। ਉਸ ਤੋਂ ਪਿੱਛੇ ਇਹਨੇ ਨਾ ਕੋਈ ਸਪਰੇ ਲੈਣੀ, ਇਹਨੂੰ ਬਿਮਾਰੀ ਕੋਈ ਵੀ ਨਹੀਂ ਲੱਗਦੀ, ਇਸਦਾ ਕੋਈ ਖਰਚਾ ਨਹੀਂ ਹੈ। ਤੁਸੀਂ ਸਭ ਲਾ ਕੇ ਚੈੱਕ ਕਰ ਲਓ ਤੁਹਾਡੀ ਫਸਲ ਦੀ ਤਿਆਰੀ ਹੈ। 1 ਬੋਰੀ DAP 5 ਕਿਲੋ ਬੀਜ ਹੈ ਉਹ ਵਿੱਚ। ਅਸਲਾਮ ਅਲੈਕੁਮ, ਮੈਂ ਜੀ ਮੁਹੰਮਦ ਅਮਜਦ ਔਰ ਤੁਸੀਂ ਵੇਖ ਰਹੇ ਹੋ ਪਾਕਿਸਤਾਨ ਐਗਰੀਕਲਚਰ ਇਨਫੋਰਮੇਸ਼ਨ ਫੋਰਮ। ਇਹ ਜਨਾਬ ਇਸ ਪੇਜ 'ਤੇ ਤਕਰੀਬਨ ਮੈਂ ਸਾਲ ਪਹਿਲੇ ਵੀ ਇੱਕ ਵੀਡੀਓ ਛੱਡੀ ਸੀ ਅਤੇ ਅੱਗੇ ਵੀ ਇੱਕ ਵੀਡੀਓ ਛੱਡੀ ਸੀ ਤੁਖਮ ਬਿਲੰਗੂ ਦੇ ਬਾਰੇ, ਅੱਜ ਕਰਨੇ ਉਹਦੇ ਬਾਰੇ ਕਰਨਾ ਸੀ। ਥੋੜ੍ਹੀ ਦੇਰ ਪਹਿਲੇ ਮੈਨੂੰ ਕਾਲ ਆਏ ਸੀ ਜ਼ਿਲ੍ਹਾ ਜੰਗ ਤੋਂ ਬਾਈ ਹੋਰਾਂ ਦੇ, ਜਿਸ ਵਜ੍ਹਾ ਨਾਲ ਮੈਨੂੰ ਥੋੜ੍ਹਾ ਯਾਦ ਆਇਆ। ਮੈਂ ਕਿਹਾ ਚਲੋ ਇੱਕ ਬੰਦੇ ਨੂੰ ਗਾਈਡ ਕਰਨ ਦੇ ਬਜਾਏ ਇੱਕ ਵੀਡੀਓ ਬਣਾ ਲਏ, ਵੀਡੀਓ ਬਣਾ ਕੇ ਪੇਜ 'ਤੇ ਛੱਡਾਂਗੇ, ਸਾਰੇ ਲੋਕ ਵੇਖਣਗੇ, ਸਾਰਾ ਦਾ ਫਾਇਦਾ ਹੋਵੇਗਾ। ਅਤੇ ਅੱਗੇ ਵਧਣੇ ਆ, ਗੱਲ ਕਰਨੇ ਆ ਇਸ ਬਾਰੇ ਕਿ ਸਾਨੂੰ ਇਹਦੇ ਤੋਂ ਕੀ ਬੈਨੀਫਿਟ ਹੈ। ਸਭ ਤੋਂ ਵੱਡਾ ਇਹਦਾ ਬੈਨੀਫਿਟ ਇਹ ਹੈਗਾ ਹੈ ਕਿ ਇਹਦਾ ਰੇਟ ਤੁਸੀਂ ਚੈੱਕ ਕਰੋ ਮੁਲਤਾਨ ਮੰਡੀ, ਠੀਕ ਹੈ, ਲਾਹੌਰ ਚਲੇ ਜਾਓ ਅਕਬਰੀ ਮੰਡੀ, ਉੱਥੇ ਜਾ ਕੇ ਰੇਟ ਚੈੱਕ ਕਰੋ, 50 ਤੋਂ 60 ਹਜ਼ਾਰ ਫੀ ਮਣ ਦਾ ਰੇਟ ਚੱਲਦਾ। ਅਤੇ ਜਦੋਂ ਪਿਛਲੇ ਸਾਲ ਮੈਂ ਕਾਸ਼ਤ ਕੀਤਾ ਸੀ, ਮੇਰੀ ਔਸਤ ਆਈ ਸੀ 10 ਤੋਂ 11 ਮਣ, ਉਦੋਂ ਰੇਟ ਸੀ 18 ਤੋਂ 20 ਹਜ਼ਾਰ, ਅੱਜ ਦੀ ਨਿਸਬਤ ਰੇਟ ਚੈੱਕ ਕਰੋ, ਠੀਕ ਹੈ। ਇਹ ਥੋੜ੍ਹਾ ਜਿਹਾ ਮੌਸਮੀ ਹਾਲਾਤ ਬਿਹਤਰ ਹੋਣ ਤੇ ਦੀ ਔਸਤ ਅੱਛੀ ਆ ਜਾਂਦੀ ਹੈ, ਇਹਦਾ ਜ਼ਿਆਦਾ ਨੁਕਸਾਨ ਬਾਰਿਸ਼ਾਂ ਦੀ ਵਜ੍ਹਾ ਤੋਂ ਹੁੰਦਾ। ਅੱਗੇ ਚੱਲਣੇ ਇਹਦਾ ਤਰੀਕਾਕਾਰ ਦੱਸਣੇ ਆ ਤੁਹਾਨੂੰ ਕਾਸ਼ਤ ਕਿਵੇਂ ਹੁੰਦਾ। ਮਾਸ਼ਾਅੱਲਾ ਤੁਸੀਂ ਜ਼ਰਾਤ ਦੇ ਨਾਲ ਤੁਹਾਡਾ ਕਾਫੀ ਤਲਕ ਹੋਣਾ। ਤੁਸੀਂ ਜਿੱਦਾਂ ਬਰਸੀਮ ਕਾਸ਼ਤ ਕਰਦੇ ਹੋ, ਚਾਰਾ ਬਰਸੀਮ ਕਾਸ਼ਤ ਕੀਤੀ ਹੋਣੀ ਹੈ ਤੁਸੀਂ, ਇਹਨ ਜ਼ਮੀਨ ਦੀ ਅੱਛੀ ਤਰ੍ਹਾਂ ਤਿਆਰੀ ਕਰਨੀ। ਤਿਆਰੀ ਕਰਨ ਤੋਂ ਬਾਅਦ ਜੋ ਖਾਦ ਤੁਸੀਂ ਜਿੱਤੀ ਤੁਸੀਂ ਪਾਣੀ ਚਾਹੁੰਦੇ ਹੋ, ਇਹਦੇ ਤਕਰੀਬਨ ਮਿਕਦਾਰ ਹੈਗੀ 1 ਬੋਰੀ DAP ਦੀ, ਔਰ ਕੋਈ ਖਾਦ ਇਹਨੇ ਦੇਣੀ, ਠੀਕ ਹੈ। ਖਾਦ ਜ਼ਮੀਨ ਦੇ ਵਿੱਚ ਤੁਸੀਂ ਜਦੋਂ ਹੱਲ ਕਰੋਗੇ, ਜ਼ਮੀਨ ਤਿਆਰ ਕਰੋਗੇ, ਤਿਆਰ ਕਰਕੇ ਖਾਦ ਪਾ ਕੇ ਰੋਟਰ ਪਤਲਾ ਜਿਹਾ ਮਾਰ ਦਿਓ, ਠੀਕ ਹੈ। ਖਾਦ 1 ਬੋਰੀ DAP ਪਾਣੀ ਹੈ ਤੁਸੀਂ, ਫਿਰ ਉਹਦੇ ਤੁਸੀਂ ਜਿਵੇਂ ਆਪਾਂ ਝੋਨਾ ਲਾਉਂਦੇ ਪਾਣੀ ਛੱਡ ਦਿੰਦੇ ਹਾਂ, ਤੁਸੀਂ ਉਹਨੂੰ ਬੰਨੇ ਉੱਚੇ ਉੱਚੇ ਕਰਕੇ ਉਹਦੇ ਵਿੱਚ ਪਾਣੀ ਛੱਡ ਦਿਓ। ਪਾਣੀ ਤਕਰੀਬਨ ਤੁਸੀਂ ਇੰਨਾ ਛੱਡਣਾ ਹੈ ਕਿ 4 ਇੰਚ ਪਾਣੀ ਹੋਵੇ, 4 ਇੰਚ, ਠੀਕ ਹੈ। ਜਦੋਂ ਉਹ 2 ਇੰਚ ਰਹਿ ਜਾਵੇ ਪਾਣੀ, ਉਦੋਂ ਤੁਸੀਂ ਬੀਜ ਦਾ ਛੱਟਾ ਕਰਨਾ, ਬਿਲਕੁਲ ਅੱਛੇ ਤਰੀਕੇ ਨਾਲ, ਬਿਲਕੁਲ ਬਰਾਬਰ ਮਿਕਦਾਰ ਨਾਲ ਤੁਸੀਂ ਛੱਟਾ ਕਰਨਾ ਹੁੰਦੇ, 5 ਕਿਲੋ ਬੀਜ ਦਾ ਛੱਟਾ ਕਰਨਾ। 2 ਇੰਚ ਪਾਣੀ ਇਸ ਵਾਸਤੇ ਛੱਡਣਾ ਹੈ ਕਿ ਬੀਜ ਜਦੋਂ ਤੁਸੀਂ ਛੱਟਾ ਕਰੋਗੇ ਉਹਦੇ ਅੰਦਰ ਉਹ ਆਪਦੀ ਫੁਲਾਵਟ ਮੁਕੰਮਲ ਕਰੇਗਾ, ਫੌਰਨ ਜਦੋਂ ਪਾਣੀ ਸੁੱਕੇਗਾ ਉਹ ਜ਼ਮੀਨ 'ਤੇ ਜੰਮ ਜਾਣਾ, ਉਹਨੂੰ ਕੀੜਾ ਮਕੌੜਾ ਕੋਈ ਵੀ ਨਹੀਂ ਚੱਕ ਸਕਦਾ, ਠੀਕ ਹੈ। ਜਦੋਂ ਤੁਸੀਂ ਇਹ ਖਿਆਲ ਰੱਖਣਾ ਹੈ ਜਦੋਂ 2 ਇੰਚ ਪਾਣੀ ਖੜਾ ਹੋਵੇ ਤੁਸੀਂ ਛੱਟਾ ਕਰਨਾ, ਹਵਾ ਨਾ ਚੱਲਦੀ ਹੋਵੇ, ਹਵਾ ਦੇ ਵਿੱਚ ਹੁੰਦਾ ਬੀਜ ਇਕੱਠਾ ਹੋ ਜਾਂਦਾ। ਅਗਰ ਹਵਾ ਤੁਹਾਡੇ ਇਲਾਕੇ 'ਚ ਜ਼ਿਆਦਾ ਚੱਲਦੀ ਹੈ ਫਿਰ ਤੁਸੀਂ ਪਾਣੀ ਕਮ ਮਿਕਦਾਰ 'ਚ ਹੋਵੇ, 2 ਇੰਚ ਤੋਂ ਥੋੜ੍ਹਾ ਹੋਵੇ ਫਿਰ ਛੱਟਾ ਕਰਨਾ। ਜਦੋਂ ਤੁਸੀਂ ਛੱਟਾ ਕਰ ਦੇਣਾ ਉਸ ਤੋਂ ਪਿੱਛੇ ਇਹਨੇ ਨਾ ਕੋਈ ਸਪਰੇ ਲੈਣੀ, ਇਹਨੂੰ ਬਿਮਾਰੀ ਕੋਈ ਵੀ ਨਹੀਂ ਲੱਗਦੀ, ਨਾ ਇਹਨੂੰ ਕੋਈ ਫੁੱਲਾਂ ਦੀ ਬਿਮਾਰੀ ਲੱਗੇ, ਨਾ ਸੁੰਡੀ ਖਾਵੇ। ਮਜ਼ੇ ਦੀ ਗੱਲ ਹੈ ਕਿ ਇਹਨੂੰ ਜਾਨਵਰ ਵੀ ਨਹੀਂ ਖਾਂਦੇ, ਜਾਨਵਰ ਵਿੱਚ ਛੱਡ ਕੇ ਵੇਖ ਲਓ ਉਹ ਨਹੀਂ ਖਾ ਚਲੇਗਾ। ਇਹਦੇ 'ਚੋਂ ਇੱਕ ਅਜੀਬ ਤਰ੍ਹਾਂ ਦੀ ਖੁਸ਼ਬੂ ਆਉਂਦੀ ਜਦੋਂ ਫੁੱਲਾਂ ਤੋਂ ਤਿਆਰ ਹੋ ਜਾਂਦਾ, ਠੀਕ ਹੈ। ਇਹਦੇ 'ਤੇ ਮਜ਼ੀਦ ਪਾਣੀ ਵੀ ਨਹੀਂ ਲਾਉਣਾ, ਬਾਰਿਸ਼ਾਂ ਵਗੈਰਾ ਹੋ ਜਾਂਦੀਆਂ। ਅਗਰ ਤੁਹਾਡੀ ਜ਼ਮੀਨ ਬਿਹਤਰੀ ਹੈ ਫਿਰ ਤੁਸੀਂ ਉਹਨੂੰ ਚੈੱਕ ਕਰ ਸਕਦੇ ਨੇ ਕਿ ਪਾਣੀ ਹਲਕਾ ਜਿਹਾ, ਉਹ ਵੀ ਜਦੋਂ ਤੁਹਾਡੀ ਫਸਲ ਫੁੱਲਾਂ 'ਤੇ ਆ, ਇਹ ਫਸਲ ਤੁਹਾਡੀ ਆ ਜਾਣੀ ਹੈ ਫੁੱਲਾਂ 'ਤੇ, ਤੁਸੀਂ ਫਿਰ ਇਹਨੂੰ ਕੋਈ ਮਤਲਬ ਇਹਦੇ 'ਤੇ ਸਪਰੇ ਨਹੀਂ ਕਰਨਾ, ਜੜੀ ਬੂਟੀ 'ਤੇ ਤਾਂ ਸਪਰੇ ਹੈ ਵੀ ਨਹੀਂ। ਇਸ ਵਾਸਤੇ ਜ਼ਮੀਨ ਦੀ ਤੁਸੀਂ ਪਹਿਲੇ ਅੱਛੀ ਤਰ੍ਹਾਂ ਤਿਆਰੀ ਕਰੋ ਕਿ ਜੜੀ ਬੂਟੀ ਨਾ ਹੋਵੇ, ਬਿਹਤਰ ਤੇ ਕਾਸ਼ਤ ਉਸ ਜ਼ਮੀਨ 'ਚ ਕਰੋ ਜਿੱਥੇ ਤੁਹਾਡੀ ਪਹਿਲੇ ਵੀ ਜੜੀ ਬੂਟੀ ਨਹੀਂ ਹੋਵੇ।
जड़ी बूटी का यह नुकसान है, अगर जड़ी बूटी होगी तो फिर थानू जो ये तैयार हो जाना है इनू पटना थानू मतलब इनकी कटाई जो इनकी कटाई है कटाई तुम फिर आप कहने दातरी दातरी ना नहीं कर सकते फिर थानू लेबर पा के हाथ न बिल्कुल ही पटना पैना एक एक तीला सफाई का जे जड़ी बूटी होगी तो ठीक है। इस वास्ते उस जमीन की काश्त करो जिथे जड़ी बूटी पैदा ना हो क्योंकि इसका स्प्रे भी नहीं है तो फिर थोड़ा जहा मुश्किल पैदा हो जाती है लेबर पानी पैंती हाथ न वो थोड़ा जहा मुश्किल है कटाई इसकी ठीक है। तैयार हो जाना तैयार जो हो जाना है उदो ये ब्राउन कलर च हो जाना है फुल डिग जाने नाल निके निके मतलब बीज लग जाने वो ब्राउन कलर च हो जाना है जो फुल ब्राउन कलर च हो जाए उदो तुसी कटाई कर लेनी। अगर तुहाडे इलाके च बारिश है मौसम हर वेले खराब रहिंदा तुहानू पता लग जाता है यार साडी फसल 15 दिनों बाद तैयार हो जानी है तो 15 दिनों बाद बारिशा शुरू हो गई इनू बारिश सब तो ज्यादा नुकसान जो ये ब्राउन कलर च हो जाता है उदो करते। अगर थोड़े इलाके मौसम खराब चलते पे तुसी इनू थोड़ा जहा सब्ज हो कटाई कर लो कोई मसला नहीं फिर इनका दाना थोड़ा जहा ब्राउन होना है लेकिन सारा तबाह होने तो बच जाए अगर बारिश उत्ते आ गई ये बिल्कुल ही दाने दे विचों निकल के जमीन ते बिल्कुल स्याह कलर है जमीन नु कर देगा सारा निकल जाएगा और ये पानी लगन दे वजह तो हो जाएगा नुकसान हो जाएगा फिर थोड़े हाथ कुछ भी नहीं। तो बाद जनाब इनू तुसी जिवें कटाई करनी है लेबर वाले ने कहना है उवें छोटे छोटे जिवें कटाई करते बंदा पट्टे रखता है उवें कटाई करके एडिया एडिया कुटिया उवें रख देनी ताकि ये जमीन ते पिया खुश्क होवे ठीक है। जो ये थानू पता चले भी इनू तोड़ो ये टुट जाए मतलब कड़क जड़े टुट जाए जो ये टुटन हो जाए फिर इंदा तुसीं अगर थानू मौके ते थ्रैशर या कोई चीज़ इनू कढ़न वास्ते नहीं मिलती इंदा तुसीं ढेर ला दे ढेर ला के तुसीं इंदे पन्ना एक मिलता है मोटा ललूनी जो आप छत्त वगैरह का पाने थोड़े को आना चाहिए ताकि बारिश का मौसम हो फिर तुम्हें मुकम्मल ढेर कज दो ठीक है। थ्रैशर की यह दूसरी नहीं काम देनी जी गंदम वगैरह लगती है राई वगैरह लगती है तिलों में काम नहीं देनी। जो मैं थ्रैशर लिया थी मैं लिया थी मंडी लोधरा तो जिला लोधरा तो उस इलाके ज्यादा काश्त होता है मुल्तान वाले एरिया ज्यादा काश्त होता है मंडी जजमान वाले एरिया काश्त होता है उस एरिया चो मैं अपने दोस्त की थ्रैशर लिया थ्रैशर लिया के कढ़ा सी ये जी दत्थी लेंदा है मतलब जिमें आप कणक की पूरी भरी चक के बेच सकते हैं उमें नहीं ये बिल्कुल ही वो थ्रैशर इन्ना क लेंदी है बिच डालो बिल्कुल ही बरीक करके कढ़ेगी बिल्कुल सफाई ना ये जरा मिलंगू है दुखम मिलंगा है ये बाहर आएगा इनू थैला च पा के तुसी रख देना है ये ज्यादा सेल होंदा है इनकी मार्केट है अकबरी मंडी लाहौर मुल्तान मंडी मंडी जजमान बहावलपुर। अगर फिर भी तुहानू कोई डीलर नहीं लगता तुसी मेरा रब्ता करो मैं तुहानू ये सेल करके देवांगा अच्छे रेट ना करके देवांगा इनशाला तुसी कहोगे भाई उन्हें फायदा किया। आखिर ते मेरी रिक्वेस्ट है तुसी मेरे चैनल नू सब्सक्राइब करो और इस वीडियो नू अगे शेयर करो ताकि दूसरे लोगों का भी फायदा होवे इस वीडियो तो वेखण वाले वो भी इस फसल तो फायदा हासिल कर सकन इसका कोई खर्चा नहीं है तुसी सब ला के चेक कर लो तुहाडी फसल की तैयारी है एक और डीएपी 5 किलो बीज है और कोई भी चीज़ है।